ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਉੱਪਰ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਦੇ ਵੱਲੋਂ ਮੋਟਰਸਾਈਕਲ ਚੋਰੀ ਕੀਤੇ ਜਾਂਦੇ ਸਨ ਤਾਂ ਇੱਕ ਹੋਰ ਇਹ ਸ਼ਰਾਬ ਜਿਹੜਾ ਵੇਚਦਾ ਸੀ ਵਿਅਕਤੀ ਉਸ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਸਾਡ ਨਾਲ ਨੇ ਗੱਲਬਾਤ ਕਰਦੇ ਆ ਸਰ ਦੱਸੋ ਜਿਹੜੇ ਦੋ ਰੁਪਈ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਉੱਪਰ ਕਿਹੜੇ ਕਿਹੜੇ ਪਹਿਲਾਂ ਮਾਮਲੇ ਦਰਜ ਹੈਗੇ ਨੇ ਤਾਂ ਇਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਜਿਹੜਾ ਇੱਕ ਸਲਾਤੀਨ ਮਸ਼ੀਰ ਉਰਫ ਬੂਟਾਵਾ ਇਹ ਮੁਸਤਫਾ ਰ ਦਿਕਾਪੁਰ ਕੰਡੀ ਦਰਜਾ ਜਿਹੜਾ ਕਿ ਇਹ ਮੋਸਟਲੀ ਇਹ ਮੋਟਰਸਾਈਕਲ ਚੋਰੀ ਕਰਦਾ ਵਾ ਜੀ ਤੇ ਇਹਨੇ ਇੱਕ ਪਿਛੇ ਜਿੰਨਾਂ ਦਾ ਮਕਦਮਾ ਦਰਜ ਜਾਰੀ ਰਹੇ ਉੱਪਰ ਤੇ ਇਹਨੇ ਜਿੱਦਾਂ ਬੱਸ ਸਟੈਂਡ ਹੋ ਗਿਆ ਜਾਂ ਹੋਰ ਹੋ ਗਿਆ ਇਹਨੇ ਪਹਿਲਾਂ ਵੀ ਕਾਫੀ ਮੋਟਰਸਾਈਕਲ ਚੋਰੀ ਕੀਤੀ ਪਹਿਲਾਂ ਵੀ ਇੱਥੇ ਮੋਟਰਸਾਈਕਲ ਚੋਰੀ ਦੇ ਨੰਮੇ ਦਰਜ ਨੇ ਜੀ ਤੇ ਇਹਨੂੰ ਗ੍ਰਿਫਤਾਰ ਕਰਕੇ ਤੇ ਤਾਂ ਹੁਣ ਰਿਮਾਨ ਲੈ ਕੇ ਜਿਹੜੇ ਬਾਕੀ ਹੋਰ ਹੋ ਰਹੇ ਨੇ ਕੀਤੀ ਇਹਨੇ ਚੋਰੀ ਤੇ ਉਹ ਵੀ ਬਰਾਮਦੀਆਂ ਕੀਤੀਆਂ ਜਾਣਗੀਆਂ ਜੀ ਇਹ ਤਾਂ ਪਤਾ ਲੱਗਾ ਵੀ ਮੋਟਰਸਾਈਕਲ ਕਿੱਥੋਂ ਕਿੱਥੋਂ ਚੋਰੀ ਕਰਦਾ ਸੀ ਤੇ ਗਾਂ ਕਿੱਥੇ ਕਿੱਥੇ ਵੇਚਦਾ ਹੈਗਾ ਸੀਗਾ ਇਹ ਜੀ ਹੁਣ ਜੀ ਅਫਤਾਰ ਜੀ ਜਦੋਂ ਹੁਣ ਰਿਮਾਨ ਲੈ ਕੇ ਉਹ ਤੋਂ ਕਲੀਅਰ ਕਰਾਇਆ ਵੀ ਕਿੱਥੇ ਇਹਨੇ ਵੇਚੇ ਨੇ ਤੇ ਕਿੱਥੋਂ ਇਹਨੇ ਚੋਰੀ ਕੀਤੀ ਨੇ ਪਰ ਜਿਸ ਤਰ੍ਹਾਂ ਨੇ ਦੱਸਿਆ ਵੀ ਮੈਂ 6 ਸਟੈਂਡ ਹੋਈ ਚੋਰੀ ਕੀਤੀ ਨੇ ਉਸ ਦੇ ਬਾਰੇ ਤੋਂ ਉਹ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਇੱਕ 9 ਮੋਟਰਸਾਈਕਲ ਬਰਾਮਦ ਕੀਤੀ ਸੀ ਥੋੜੇ ਦਿਨ ਪਹਿਲਾਂ ਅਸੀਂ ਉਹਦੇ ਵਿੱਚ ਵਿਕਰਮ ਨਾਮ ਦਾ ਜਿਹੜਾ ਵਿਅਕਤੀ ਸੀ ਉਹ ਵੀ ਨਾਲ ਦਾਈ ਸੀਗਾ ਤੇ ਉਹਨੇ 9 ਮੋਟਰਸਾਈਕਲ ਚੋਰੀ ਕੀਤੀ ਹੋਈ ਬਰਾਮਦ ਹੋ ਚੁੱਕੀ ਨੇ ਜੀ ਇੰਨੀ ਉਮਰ ਹੈਗੀ ਇਹਨਾਂ ਦੀ ਤੇ ਸਭ ਤੋਂ ਪਹਿਲਾ ਜਿਹੜਾ ਮਾਮਲਾ ਦਰਜ ਹੋਇਆ ਵਾ ਕਿੰਨੇ ਕੁ ਪੁਰਾਣੇ ਜਿਹੜੇ ਕ੍ਰਿਮੀਨਲ ਹੈਗੇ ਨੇ ਬੰਦੇ ਇਹ 2014 ਚ ਜਿਹੜਾ ਪਹਿਲਾ ਮਕਦਮਾ ਦਰਜ ਹੋਇਆ ਸੀ ਜੀ ਤੇ 14 ਤੋਂ ਲੈ ਕੇ ਹੁਣ ਤੱਕ ਇਹ ਚੋਰੀਆਂ ਦੇ ਮਕਦਮੇ ਇੱਥੇ ਦਰਜ ਹੁੰਦੇ ਜਾ ਰਹੇ ਨੇ ਤੇ ਇਹ ਕਰਦੇ ਨੇ ਚੋਰੀਆਂ ਤੇ ਫਿਰ ਮਫੜੇ ਵੀ ਜਾ ਰਹੇ ਨੇ ਤੇ ਫਿਰ ਜਦੋਂ ਉਹਨਾਂ ਦੀ ਬੇਲ ਹੋ ਜਾਂਦੀ ਹੈ ਫਿਰ ਆ ਕੇ ਇਹੀ ਕੰਮ ਕਰਦੇ ਨੇ ਜੀ ਸਨੈਚਿੰਗ ਸੂਚੀ ਦੇ ਵੀ ਪਛਤਾ ਦੱਚਾ ਕਰਨੇ ਇਹਦੇ ਉੱਪਰ ਨਹੀਂ ਜਿਹੜਾ ਦੂਸਰਾ ਜੀ ਹੈਗਾ ਗਗਨਦੀਪ ਉਹਦੇ ਉੱਪਰ ਦਰਜ ਨੇ 379 ਬੀ ਦੇ ਮਕਦਮੇ 411 ਦੇ ਉੱਤੇ 8 ਮਕਦਮੇ ਦਰਜ ਨੇ ਟੋਟਲ ਤੇ ਉੱਤੇ ਵੀ ਆਰਮੈਕਟਾ ਮਕਦਮਾ ਦਰਜ ਹੈ ਜੀ ਉਹਨੂੰ ਕਿ ਇਸ ਕਿਹੜੇ ਕੇਸ ਵਿੱਚ ਜਿਹੜਾ ਗ੍ਰਫਤਾਰ ਕੀਤਾ ਗਿਆ ਉਹਨੂੰ ਕੋ ਸ਼ਰਾਬ ਜੀ 16 ਪਟੀਆਂ ਸ਼ਰਾਬ ਮਿਲੀ ਜਿਹਦੇ ਵਿੱਚ ਸਾਡੇ ਕੋ ਉਹਨੇ ਲੈ ਕੇ ਆਇਆ ਸੀ ਜੀ ਸਵਿਫਟ ਜ਼ਾਇ ਉਹਨੂੰ ਸਵਿਫਟ ਘੱਟੀ ਸੀ ਦਿੱਲੀ ਨੰਬਰ ਤੇ ਜਿਹਦੇ ਵਿੱਚ ਉਹਨੇ 12 ਬੋਤਲਾਂ ਪੰਜਾਬ ਲੈਂਡਮਾਰਕ ਸੀ ਜੀ ਤੇ 108 ਬੋਤਲਾਂ ਪੰਜਾਬ ਬਲੈਕ ਸੀ ਜੀ ਤੇ 60 ਬੋਤਲਾਂ ਅੰਗੂਰ ਸੀ ਹਿਮਾਚਲ ਦੀ ਉਹਦੇ ਕੋ ਸ਼ਰਾਬ ਬਰਾਮਦ ਹੋਈ ਹੈ ਜ ਇਸ ਨਿਫਟ ਗੱਡੀ ਵਿੱਚ ਲੈ ਕੇ ਆ ਰਹੇ ਸੀ ਕਿੱਥੇ ਕਿੱਥੇ ਜਿਹਨੇ ਪਹੁੰਚਾਉਣੀ ਸੀ ਇਹ ਇਹਨਾਂ ਕੋ ਦੱਸਿਆ ਖੁਲਾਸਾ ਕੀਤਾ ਨੇ ਇਹਨੇ ਇੰਨਾ ਕ ਦੱਸਿਆ ਜੀ ਮੈਂ ਅਮਰਸਾ ਤੋਂ ਲੈਂਦੀ ਆ ਬਾਕੀ ਹੁਣ ਪਤਾ ਕਰਕੇ ਮੈਂ ਇਹਦਾ ਹਵਾਲਾ ਨੰਬਰ ਚੈੱਕ ਕਰਕੇ ਵੀਨੇ ਕਿਥੋਂ ਕਿਹੜੀ ਫਰਮ ਤੋਂ ਲਈ ਆ ਉਸ ਫਰਮ ਦਾ ਵੀ ਨਾਮ ਵਿੱਚ ਜਦੋਂ ਉਸ ਤੋਂ ਬਾਅਦ ਵੀ ਆਪਾਂ ਇੱਕ ਸ਼ਾਪ ਲਿਖੇ ਉੱਤੇ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਸਿਕੰਜਾ ਕੱਟਾਂਗੇ ਇਹ ਕਹਿ ਸਕਦੇ ਆ ਵੀ ਹਾਰਡ ਕ੍ਰਿਮੀਨਲ ਹੈਗੇ ਸੀ ਇਹ ਜਿਹੜੇ ਜਿਹੜੇ ਇਹਨਾਂ ਨੂੰ ਨੱਥ ਪਾਈ ਗਈ ਹੁਣ ਬਿਲਕੁਲ ਜੀ ਹਾਰਡ ਕੋਰ ਕ੍ਰਿਮੀਨਲ ਨੇ ਜੀ ਇੱਥੇ 8 ਮਕਦਮੇ ਦਰਜ ਨੇ ਜੀ ਵੇਖ ਆਖਿਰ ਇਹਨੇ ਕੰਮ ਕਰਨਾ ਸ਼ੁਰੂ ਕਰਤਾ ਫਿਰ ਇਹੀ ਕੰਮ ਕਰਨਾ ਸ਼ੁਰੂ ਕਰਤਾ ਜੀ ਨੇ ਇਹਨੇ ਹਿਮਾਚਲਚਹਿ ਵਿੱਚ ਮਕਦਮੇ ਦੇ ਖਿਲਾਫ ਦਰਜ ਨੇ ਜੀ ਕਦੀ ਉਹਦੀ ਇਨਫੋਰਮੇਸ਼ਨ ਮਿਲੀ ਕਿੱਥੇ ਨਕਾ ਲਗਾਇਆ ਸੀ ਜਿੱਥੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਏਰੀਆ ਸੀ ਜਦੋਂ ਇਧਰ ਨੂੰ ਛਾਲਿਆਵਲੋਂ ਆ ਰਿਹਾ ਸੀ ਜੀ ਤੇ ਐਸਟੀ ਕਾਲ ਲੱਗੇ ਨਕਾ ਲਾਇਆ ਸੀ ਇੱਥੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਜੀ ਲੱਗਦਾ ਵੀ ਜਿਸ ਤਰ੍ਹਾਂ ਉਹਨਾਂ ਨਾਲ ਇਹ ਦੋ ਜਿਹੜੇ ਕ੍ਰਿਮੀਨਲ ਜਿਹੜੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਨਾਲ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੋਟਰਸਾਈਕਲ ਚੋਰੀ ਦੇ ਜਿਹੜੇ ਮਾਮਲੇ ਵਾਦੇ ਜਾਰੀ ਸੀ ਉਹਨਾਂ ਨੂੰ ਨੱਥ ਪਵੇਗੀ ਬਿਲਕ ਕੀਮਤੇ ਕੋਈ ਸਨੇਚਿੰਗ ਕੋਈ ਚੋਰੀ ਕੋਈ ਚੋਰੀ ਦੀ ਵਾਰਦਾਤ ਸ਼ਹਿਰ ਦੇ ਵਿੱਚ ਨਹੀਂ ਹੋਣੀ ਹਦੀ ਬਿਲਕੁਲ ਹੀ ਅਸੀਂ ਇਸ ਬਿਲਕੁਲ ਸਖਤੀ ਨਾਲ ਪੀਸੀਆਰ ਸਾਡੀ ਕੰਮ ਕਰ ਰਹੀ ਹੈ ਜੀ ਤੇ ਸ਼ਹਿਰ ਦੇ ਵਿੱਚ ਇਹੀ ਸਾਨੂੰ ਇਹੀ ਕੋਈ ਵੀ ਕੋਈ ਗੰਦੀ ਵਾਰਦਾਤ ਸਾਡੇ ਜਿਹੜੇ ਹੈਗੇ ਆਮ ਲੋਕ ਨੇ ਬੜੀ ਚੰਗੀ ਤਰ੍ਹਾਂ ਜਿਹੜਾ ਜੀਵਨ ਬਤੀਤ ਕਰਨ ਜੀ ਜਿਸ ਤਰ੍ਹਾਂ ਦੇ ਨਾਲ ਮੋਟਰਸਾਈਕਲ ਦੀ ਜਿਹੜੀ ਚੋਰੀ ਦੇ ਘਟਨਾਵਾਂ ਜਿਹੜੀ ਲਗਾਤਾਰ ਵਧਿਆ ਯਾਰ ਬਸਤਾਨ ਤੋਂ ਵੀ ਕਾਫੀ ਮੋਟਰਸਾਈਕਲ ਚੋਰੀ ਹੋਏ ਇਸ ਤੋਂ ਪਹਿਲਾਂ ਹੋਰ ਵੀ ਕੋਈ ਮੋਟਰਸਾਈਕਲ ਬਰਾਮਦ ਕੀਤੇ ਹੈਗੇ ਨੇ ਜੀ ਹਾਂ 9 ਮੋਟਰਸਾਈਕਲ ਬਰਾਮਦ ਕੀਤੇ ਜੀ ਵਿਕਰਮ ਕੁਲੋਂ ਵਿਕਰਮ ਸਿੰਘ ਕੁਲੋਂ ਜਿਹੜ ਤੇ ਇੱਕ ਰੋਪੀ ਦੇ ਨੇ ਹੋਰ ਜਿੱਦਾਂ ਦੱਸ ਰਿਹਾ ਜੀ ਹੁਣ ਮਾਲ ਬਾਕੀ ਖਾਸਾ ਰਿਮਾਂਡ ਤੇ ਬਲਾਦ ਹੋਊਗਾ ਵੀ ਇੱਕ ਇਹਦੇ ਨਾਲੇ ਦੋਸ਼ੀਆ ਉਹਨੂੰ ਇਹਨੇ ਉਹ ਇੱਕ ਮੋਟਰਸਾਈਕਲ ਪਈ ਨੇ ਉਹ ਬਰਾਮਦ ਆਪਾਂ ਕਰਾਂਗੇ ਜੀ ਹੁਣ ਬਿਲਕੁਲ ਇਹ ਸਨ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਕਾਫੀ ਜਿਹੜੇ ਚੋਰੀ ਜਿਹੜੇ ਮੋਟਰਸਾਈਕਲ ਹੋਏ ਸੀ ਉਹਨਾਂ ਨੂੰ ਕਾਫੀ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤੇ ਇਹ ਜਿਹੜੇ ਹੋਰ ਵੀ ਮੋਟਰਸਾਈਕਲ ਬਰਾਮਦ ਕੀਤੇ ਇਸ ਤੋਂ ਪਹਿਲਾਂ ਜਿਹੜੇ 9 ਮੋਟਰਸਾਈਕਲ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਜਿਹੜੇ ਹੁਣ આરોપી ਫੜੇ ਗਏ ਨੇ ਇਹਨਾਂ ਦੇ ਨਾਲ ਕਿਤਨਾ ਕਿਤੇ ਚ